ਬੁਢਾਪਾ ਪੈਨਸ਼ਨ ਘਰ ਘਰ ਕਿਵੇਂ ਦੇ ਸਕਦੇ ਆ ਬੁਢਾਪਾ ਪੈਨਸ਼ਨ ਕਾਦੇ ਵਾਸਤੇ ਬਣੀ ਹੈ ਜੀ ਕਿ ਤੁਸੀਂ ਬਜ਼ੁਰਗ ਹੋ ਗਏ ਤੁਹਾਡੇ ਤੋਂ ਹੁਣ ਤੁਰਿਆ ਨਹੀਂ ਜਾਂਦਾ ਤੁਹਾਨੂੰ ਘਰੇ ਬੈਠੇ ਨੂੰ ਪੈਸੇ ਆਇਆ ਕਰਨਗੇ ਬੁਢਾਪਾ ਪੈਨਸ਼ਨ ਲਾ ਕੇ ਉਹਨੂੰ ਕਹਿੰਦੇ 5 ਕਿਲੋਮੀਟਰ ਜਾ ਕੇ ਬੈਂਕ ਚ ਡੇਢ ਘੰਟਾ ਲਾਈਨ ਚ ਖੜਕੇ ਪੈਨਸ਼ਨ ਲੈ ਆਓ ਲੈ ਜਿਉ ਐਨਾ ਹੀ ਕੁਝ ਕਰ ਸਕਦਾ ਵਾ ਉਹ ਕਹਦਾ ਬੁਢਾ ਫਿਰ ਅਸੀਂ ਬੁਢਾਪਾ ਪੈਨਸ਼ਨ ਘਰੇ ਘਰ ਦੇ ਕੇ ਆਵਾਂਗੇ ਕੁੰਡਾ ਖੜਕਾ ਕੇ ਆਹ ਲਓ ਬਾਪੂ ਜੀ ਆਹ ਲਓ ਬੇਬੇ ਜੀ ਆਹ ਤੁਹਾਡਾ ਬੁਢਾਪਾ ਪੈਨਸ਼ਨ ਦੇ ਪੈਸੇ ਨੇ ਇਹਨੂੰ ਤੁਸੀਂ ਚਾਹੇ ਅਗਲੇ ਹੱਥ ਨਾਲ ਆਪਣੇ ਬੱਚਿਆਂ ਨੂੰ ਦੇ ਦਿਓ ਸਾਨੂੰ ਕੋ ਡਿਲੀਵਰੀ ਹੋਮ ਡਿਲੀਵਰੀ ਆਫ ਸਰਵਿਸਿਜ਼ ਰਾਸ਼ਨ ਕਰ ਕਰਿਆ ਹੋਗਾ ਦਿੱਲੀ ਦੇ ਵਿੱਚ ਕੀ ਕੀਤਾ ਤੁਸੀਂ ਜਾਤੀ ਪ੍ਰਮਾਣ ਪੱਤਰ ਬਣਾਉਣਾ ਹੈ ਕੋਈ ਐਨਓਸੀ ਲੈਣੀ ਹੈ ਕੋਈ ਕੋਈ ਹੋਰ ਕਿਸੇ ਕਿਸਮ ਦਾ ਕੋਈ ਡਾਕੂਮੈਂਟ ਤੁਸੀਂ ਲੈਣਾ ਹੈ ਤੁਹਾਨੂੰ ਦਫਤਰ ਜਾਣ ਦੀ ਲੋੜ ਨਹੀਂ ਤੁਸੀਂ ਇੱਕ ਫੋਨ ਉਹਨਾਂ ਨੂੰ ਫੋਨ ਦਿੱਤਾ ਹੈ 1076 ਅਮਰੀਕਾ ਉਹ ਦਿੱਲੀ 'ਚ ਚੱਲਦਾ ਹੈ ਉਹ ਤੇ ਫੋਨ ਕਰੋ ਐਡਰੈਸ ਲਿਖਾ ਦਿਓ ਕੀ ਚਾਹੀਦਾ ਉਹ ਤੁਹਾਨੂੰ ਫੋਨ ਆਊਗਾ ਦਫਤਰ 'ਚ ਜੀ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋ ਮੈਂ 8 ਵਜੇ ਤੋਂ ਪਹਿਲਾਂ ਤਾਂ ਘਰ ਨਹੀਂ ਆਉਂਦਾ ਉਹ ਕਹਿੰਗੇ ਠੀਕ ਹੈ ਜੀ ਸਵਾ 8 ਸਾਢੇ 8 ਤੋਂ ਠੋਡੇ ਘਰੇ ਆ ਜਾਾਂਗੇ ਅਫਸਰ ਜਾਊਗਾ ਇੱਕ ਪ੍ਰਿੰਟਿੰਗ ਵਾਲੀ ਮਸ਼ੀਨ ਲੈ ਕੇ ਜਾਊਗਾ ਤੁਹਾਨੂੰ ਜੋ ਚਾਹੀਦਾ ਉਹਦਾ ਉੱਥੇ ਉਸੇ ਤਰ੍ਹਾਂ ਰਿਕਾਰਡ ਕਰਕੇ ਤੁਹਾਨੂੰ ਪ੍ਰਿੰਟਿੰਗ ਵਾਲੀ ਮਸ਼ੀਨ ਚੋਂ ਕੱਢ ਕੇ ਤੁਹਾਡਾ ਡਾਕੂਮੈਂਟ ਉੱਥੇ ਫੜਾ ਜੂਗਾ ਘਰੇ ਆ ਕੇ